ਚੰਡੀਗੜ੍ਹ ਦੇ ਵਿੱਚ ਆਈਐਸ ਵੀ ਸੁਰੱਖਿਤ ਕੀ ਨਹੀਂ ਹੈ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਚੰਡੀਗੜ੍ਹ ਦੇ ਸੈਕਟਰ 24 ਦੇ ਵਿੱਚ ਫਾਇਰਿੰਗ ਹੋਈ ਔਰ ਆਈਐਸ ਅਫਸਰ ਦੇ ਘਰ ਦੇ ਬਾਹਰ ਇਹ ਫਾਇਰਿੰਗ ਹੋਈ ਦਿਵਾਲੀ ਦੀ ਰਾਤ 11:30 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸਿੱਧ ਵਿਭਾਗ ਦੇ ਵਿੱਚ ਸਪੈਸ਼ਲ ਸੈਕਟਰੀ ਨੇ ਵਿਰਿੰਦਰ ਕੁਮਾਰ ਸ਼ਰਮਾ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਔਰ ਗੋਲੀ ਘਰ ਦੇ ਅੰਦਰ ਵੀ ਜਿਹੜੀ ਹੈ ਦਾਖਲ ਹੋਈ ਹੈ ਸੋ ਪੰਜਾਬ ਦੇ ਸਿੱਧ ਵਿਭਾਗ ਦੇ ਵਿੱਚ ਇੱਕ ਸੀਨੀਅਰ ਆਈਐਸ ਅਫਸਰ ਦੇ ਘਰ ਦੇ ਬਾਹਰ ਇਸ ਤਰੀਕੇ ਨਾਲ ਫਾਇਰਿੰਗ ਹੋਣਾ ਉਹ ਵੀ ਤਿਹਾਰ ਦੇ ਮੌਕੇ ਦੀਵਾਲੀ ਦੇ ਮੌਕੇ ਜਦੋਂ ਕਿਹਾ ਜਾਂਦਾ ਕਿ ਸੁਰੱਖਿਆ ਦੇ ਬੜੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਨੇ ਸੋ ਘਟਨਾ ਦੀਵਾਲੀ ਦੀ ਰਾਤ 11:30 ਵਜੇ ਦੀ ਦੱਸੀ ਜਾ ਰਹੀ ਹੈ ਗੋਲੀ ਖਿੜਕੀ ਨੂੰ ਛੂ ਕੇ ਘਰ ਦੇ ਅੰਦਰ ਚਲੀ ਗਈ ਘਟਨਾ ਸਮੇਂ ਬੇਟੀ ਦੇ ਨਾਲ ਘਰ ਦੇ ਵਿੱਚ ਮੌਜੂਦ ਸੀ ਸੀਨੀਅਰ ਆਈਐਸ ਅਧਿਕਾਰੀ ਵਾਰਦਾਤ ਦੇ ਵਿੱਚ ਆਈਐਸ ਅਫਸਰ ਦੀ ਬੇਟੀ ਬਾਲਵਾਲ ਬਚ ਗਈ ਸੋ ਸਾਡੇ ਸਹਿਯੋਗੀ ਬਜ਼ਮ ਵਰਮਾ ਨੇ ਮੌਕਾ ਹੀ ਵਾਰਦਾਤ ਦਾ ਜਿਹੜਾ ਜਾਇਜ਼ਾ ਲਿਆ ਪੰਜਾਬ ਦੇ ਸੀਨੀਅਰ ਆਈਐਸ ਅਧਿਕਾਰੀ ਬਰਿੰਦਰ ਕੁਮਾਰ ਸ਼ਰਮਾ ਉਹਨਾਂ ਦੇ ਘਰ ਦੇ ਬਾਹਰ ਦੇਰ ਰਾਤ 11:30 ਵਜੇ ਜਾਂ ਦੀਵਾਲੀ ਵਾਲੀ ਰਾਤ ਸੀਗੀ ਗੋਲੀ ਚੱਲੀ ਆ ਤੁਸੀਂ ਤਸਵੀਰ ਦੇਖੋ ਆ ਐਕਸਕਲੂਸਿਵ ਤਸਵੀਰ ਹੈ ਇੱਥੋਂ ਯਾਨੀ ਪਿੱਛੋਂ ਗੋਲੀ ਜਿਹੜੀ ਚੱਲਦੀ ਹੈ ਉਹ ਅੱਗੇ ਇੱਥੇ ਪਲਾਈ ਹੈ ਪਲਾਈ ਤੇ ਵੱਜਦੀ ਹੈ ਉਸ ਤੋਂ ਬਾਅਦ ਗੋਲੀ ਆ ਕੇ ਇੱਥੇ ਡਿੱਗ ਜਾਂਦੀ ਹੈ ਆ ਤਸਵੀਰ ਤੁਸੀਂ ਦੇਖੋ ਇਹ ਹੈਗੀ ਉਹ ਗੋਲੀ ਦਾ ਨਿਸ਼ਾਨ ਜਿਹੜੀ ਗੋਲੀ ਜਿਹੜੀ ਨਿਕਲ ਕੇ ਇੱਥੇ ਗਿਰਿਆ ਤੁਸੀਂ ਹੱਲੇ ਵੀ ਦੇਖ ਸਕਦੇ ਹੋ ਜਿਹੜਾ ਪੇਂਟ ਸੀਗਾ ਜਿਹੜੀ ਅਪਲਾਈ ਦਾ ਹੋਰ ਪਾਰਟ ਸੀਗੇ ਉਹ ਹੱਲੇ ਵੀ ਇੱਥੇ ਗਰੇ ਹੋਏ ਨੇ ਉਹਨਾਂ ਦੇ ਉਸ ਸਮੇਂ ਸਿਕਿਉਰਿਟੀ ਗਾਰਡ ਜਿਹੜੇ ਉਹ ਮੌਜੂਦ ਸੀਗੇ ਗਾਰਡ ਨਾਲ ਸੀਗੇ ਆ ਉਸ ਸਮੇਂ ਥੀਸੀ ਕੀ ਆਈ ਸੀ ਦੀ ਕਰੀ ਜੀ ਜੀ ਸਰ ਸਾਹਿਬ ਜੀ ਇੱਥੇ ਬੈਠੇ ਹੋਏ ਸੀ ਲੇਟੇ ਸੀ ਬੱਚੇ ਵੀ ਨਾਲ ਸੀ ਸਾਹਿਬ ਜੀ ਵੀ ਲੇਟੇ ਹੋਏ ਸੀ ਸਰ ਇੱਥੇ ਜੀ ਬੈਠੇ ਹੋਏ ਸੀ ਜੀ ਕਿੰਨੇ ਵਜ ਦੀ ਘਟਨਾ ਇਹ ਦੱਸੀ ਜੀ ਇਹ ਸਰ 11 10 ਤੋਂ ਲੈ ਕੇ ਤੇ 1:30 ਦੇ ਵਿੱਚ ਵਿੱਚ ਇਹ ਘਟਨਾ ਜੀ ਤਾਂ ਲੱਗਿਆ ਕਿ ਕੌਣ ਕੌਣ ਸੀਗੇ ਕੋਈ ਅਣਪਛਾਤੇ ਸੀਗੇ ਜਾਂ ਕਿਸੇ ਨੇ ਕੋਈ ਦੁਸ਼ਮਣੀ ਸੀ ਕਿ ਜਾਂ ਕੁਝ ਸਰ ਫਿਲਹਾਲ ਤੇ ਕੁਝ ਹਜੇ ਤੱਕ ਪਤਾ ਨਹੀਂ ਲੱਗਾ ਠੀਕ ਹੈ ਬਾਕੀ ਫਾਇਰ ਪਿੱਛੋਂ ਆਇਆ ਹੋਇਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਦੋਂ ਵੀ ਪਤਾ ਲੱਗੇਗਾ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਜੀ ਇੱਕਦਮ ਤਾਂ ਐ ਨਹੀਂ ਲੱਗਿਆ ਕਿ ਕੋਈ ਦੀਵ ਜਿਹੜੋ ਆਪਣਾ ਸਾਹਿਬ ਦੀ ਬੇਟੀ ਵੀ ਇੱਥੇ ਬੈਠੀ ਹੋਈ ਸੀ ਨਾਲ ਸਾਹਿਬ ਹੀ ਗੱਲਬਾਤ ਕਰ ਰਹੇ ਸੀ ਜਿਹੜਾ ਗੋਲੀ ਦਾ ਸਿੱਕਾ ਸੀ ਉਹਨਾਂ ਨੇ ਹੱਥ ਤੇ ਲੱਗਾ ਬੇਟੀ ਦੇ ਛੋਟੀ ਦੀ ਅੱਛਾ ਜੀ ਮਤਲਬ ਚਲੋ ਪਰਮਾਤਮਾ ਨੇ ਇੰਨਾ ਨੁਕਸਾਨ ਨਹੀਂ ਹੋਣ ਤੋਂ ਬਚਾਇਆ ਜੀ ਬਟ ਇਹ ਹੈ ਵੀ ਜਿਹੜੋ ਦੇਖਿਆ ਵੀ ਹਾਂ ਸਿੱਕਾ ਸਿੱਕਾ ਥੱਲੇ ਪਿਆ ਹੋਇਆ ਹੈ ਬਾਅਦ ਵਿੱਚ ਹੋਲ ਹੋਇਆ ਦੇਖਿਆ ਤੇ ਉੱਤੋਂ ਪਤਾ ਲੱਗਾ ਵੀ ਹਾਂ ਇਹ ਕੋਈ ਮਤਲਬ ਪਟਾਕੀ ਦੀ ਆਵਾਜ਼ ਨਹੀਂ ਹੈ ਕੋਈ ਫਾਇਰ ਦਾ ਹੀ ਹੈ ਜੀ ਬਿਲਕੁਲ ਤੇ ਜਦ ਇੱਕਦਮ ਧੁੱਪ ਲੱਗਿਆ ਕੁਝ ਪਤਾ ਨਹੀਂ ਲੱਗਿਆ ਆਸ-ਪਾਸ ਸੀਸੀਟੀਵੀ ਕੋਈ ਖੜਾਏ ਜਾ ਰਹੇ ਨੇ ਕੁਝ ਚਿੱਤਰ ਰਹੇ ਸਰ ਐਕਚੁਅਲੀ ਇੱਥੇ ਸੀਸੀਟੀਵੀ ਤੇ ਹੈ ਨਹੀਂ ਇੱਕ ਸੀਸੀਟੀਵੀ ਕੈਮਰਾ ਹੈਗਾ ਸਹੀਆਂ ਬਟ ਉਹ ਉੱਥੇ ਤੱਕ ਮਾਰ ਨਹੀਂ ਕਰ ਰਿਹਾ ਵੀ ਪਤਾ ਲੱਗ ਸਕੇ ਵੀ ਹਾਂ ਵੀ ਕਿੱਥੋਂ ਵਾਇਰ ਆਇਆ ਹੈ ਜਿਹੜੀ ਪਹੁੰਚ ਚੁੱਕੀ ਸੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਤੇ ਅਣਪਛਾਤੇ ਵਿਅਕਤੀ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਇੱਕ ਵਾਰ ਦੁਬਾਰਾ ਤੋਂ ਆ ਤੁਸੀਂ ਦੇਖੋ ਹੇ ਨੀਚੋਂ ਸੜਕ ਤੋਂ ਜਿਹੜੀ ਗੋਲੀ ਚਲਾਈ ਗਈ ਉਹ ਗੋਲੀ ਇੱਥੇ ਵੱਜਦੀ ਆ ਕਿ ਯਾਨੀ ਦੀਵਾਰ ਦੇ ਦੂਜੇ ਪਾਸੇ ਇੱਥੇ ਪਲਾਈ ਹੁੰਦੀ ਹੈ ਕਿਉਂਕਿ ਦੂਸਰੇ ਪਾਸੇ ਦੇਖੀਏ ਤਾਂ ਪਿੱਛੇ ਇੱਕ ਖਿੜਕੀ ਹੈ ਤਾਂ ਇੱਥੇ ਵੱਜ ਕੇ ਜਿਹੜੀ ਉਹ ਆ ਕੇ ਸਿੱਧਾ ਇਸ ਬੈੱਡ ਤੇ गिरਦੀ ਹੈ ਤੇ ਮੌਜੂਦ ਸੀ ਕਿ ਉਹਨਾਂ ਦੀ ਬੇਟੀ ਇੱਥੇ ਮੌਜੂਦ ਸੀਗੀ ਕਿਉਂਕਿ ਤਿਉਹਾਰ ਦਾ ਸੀਜ਼ਨ ਸੀਗਾ ਤਿਉਹਾਰ ਸੀਗਾ ਸਾਰਾ ਪਰਿਵਾਰ ਇਕੱਠਾ ਸੀਗਾ ਤੇ ਗੋਲੀ ਦੇ ਜਿਹੜਾ ਇੱਕ ਸਿੱਕਾ ਸੀਗਾ ਖੋਲ ਸੀਗਾ ਉਹ ਆ ਕੇ ਜਿਹੜੇ ਬੇਟੀ ਦੇ ਵਜਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਆਖਿਰਕਾਰ ਇਹ ਪਟਾਕਾ ਨਹੀਂ ਇਹ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਉਹ ਪੁਲਿਸ ਬੁਲਾ ਕੇ ਮਾਮਲਾ ਜਿਹੜਾ ਹੈ ਉਹ ਦਰਜ ਕਰਾ ਲੈਂਦੇ ਨੇ ਤਾਂ ਹੁਣ ਇਹ ਦੇਖਣਾ ਹੈ ਕਿ ਆਖਿਰਕਾਰ ਗੋਲੀ ਕਿਹਦੇ ਵੱਲੋਂ ਚਲਾਈ ਗਈ ਸੀ ਕਿਸ ਦੀ ਕੋਈ ਸ਼ਰਾਰਤ ਸੀਗੀ ਜਾਂ ਕਿਸੇ ਨੇ ਜਾਣ ਪੁੱਝ ਕੇ ਕਿਸੇ ਨੂੰ ਡਰਾਉਣ ਦੇ ਲਈ ਇਹ ਕੋਲੀ ਸਲਾਈ ਸੀਗੀ ਜਾਂ ਕੀ ਕੀ ਇਹਦੇ ਪਿੱਛੇ ਜਿਹੜਾ ਹੈ ਉਹ ਕਾਰਨ ਸੀਗਾ ਤੇ ਨਾਲ ਦੇ ਨਾਲ ਜਿਹੜਾ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਅੱਗੇ ਕਿੰਨੇ ਸਮੇਂ ਤੱਕ ਜਿਹੜਾ ਹੈ ਉਹਨੂੰ ਫੜਿਆ ਜਾਏਗਾ ਕੈਮਰਾ ਪਰਸਨ ਸੁਨੀਲ ਕੁਮਾਰ ਜਨਰਲ ਵੱਜਨ ਵਰਮਾ ਡੇਲੀ ਪੋਸਟ ਚੰਡੀਗੜ੍ਹ ਸੋ ਸਦੇ ਉਪਰ ਬਜ਼ਮ ਵਰਮਾ ਮੇਰੇ ਸਹਿਯੋਗੀ ਇਸ ਵੇਲੇ ਸੈਕਟਰ 24 ਤੋਂ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਬਜ਼ਮ ਗੋਲੀ ਜਿਹੜੀ ਹੈ ਇੱਕ ਆਈਐਸ ਸੀਨੀਅਰ ਆਈਐਸ ਅਧਿਕਾਰੀ ਦੇ ਘਰ ਦੇ ਬਾਹਰ ਇਸ ਤਰੀਕੇ ਦੀ ਚਲਣੀ ਔਰ ਉਸ ਦੇ ਵਿੱਚ ਬਾਲ ਬਾਲ ਉਹਨਾਂ ਦਾ ਬਚਾਅ ਹੋ ਜਾਣਾ ਖੈਰ ਇਹ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਬਜ਼ਮ ਲੱਗੇ ਹੁੰਦੇ ਨੇ ਕੀ ਕੋਈ ਸੁਰਾਗ ਹਲੇ ਤੱਕ ਪੁਲਿਸ ਨੂੰ ਇਸ ਬਾਬਤ ਮਿਲ ਸਕਿਆ ਕੋ ਬਿਲਕੁਲ ਤੁਹਾਨੂੰ ਦੱਸਦੀ ਕਿਉਂਕਿ ਇਹ ਜਿਹੜੀ ਜਾਣਕਾਰੀ ਮਿਲ ਰਹੀ ਹੈ ਕੁਝ ਦਿਨ ਪਹਿਲਾਂ ਜਿਹੜਾ ਆਈਐਸਐਸ ਨੇ ਆਈਐਸ ਨੇ 2009 ਆਈਐਸ ਪੈਸ ਦੇ ਕੈਡਰ ਵੀ ਹੈਗੇ ਆ ਪੰਜਾਬ ਕੈਡਰ ਦੇ ਜਲੰਧਰ ਡੀਸੀ ਵੀ ਰਹਿ ਚੁੱਕੇ ਨੇ ਹੋਰ ਵੱਡੇ ਪਤਾਂ ਦੇ ਜਿਹੜਾ ਉਹ ਰਹਿ ਚੁੱਕੇ ਨੇ ਇਸ ਵਕਤ ਜਿਹੜਾ ਉਹ ਡਾਇਰੈਕਟ ਹੈਲਥ ਡਿਪਾਰਟਮੈਂਟ ਚ ਹੈਗੇ ਆ ਤੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਕਹਿ ਦਿੱਤਾ ਕਿ ਕੱਲ ਜਿਹੜਾ ਜਾਨ ਲੱਗ ਰਹੀ ਹੈ ਕਿ ਇਹ ਸੈਲੀਬ੍ਰਿਟਰੀ ਫਾਇਰ ਹੋ ਸਕਦਾ ਹੈ ਜਿਹਦੇ ਕਰਕੇ ਉਹ ਕਹਿ ਰਹੇ ਨੇ ਕਿ ਅਸੀਂ ਪੁਲਿਸ ਤੇ ਸਾਰੀ ਕਾਰਵਾਈ ਜਿਹੜੀ ਹੈ ਉਹ ਛੱਡ ਦਿੱਤੀ ਹੈ ਕਿ ਆਖਿਰਕਾਰ ਪੁਲਿਸ ਨੇ ਇਨਵੈਸਟੀਗੇਟ ਕਰਨਾ ਹੈ ਕਿ ਇਹ ਸਾਰਾ ਮਾਮਲਾ ਕੀ ਸੀਗਾ ਪਰ ਉਹ ਇਹ ਕਹਿ ਰਹੇ ਨੇ ਕਿ ਗਨੀਮਤ ਹੈ ਕਿ ਸਾਡੀ ਜਾਨ ਬਚ ਗਈ ਮੈਂ ਰੁਕਣਾ ਚਾਹੁੰਗਾ ਤਾਂ ਉਹ ਐਥੇ ਆਈਐਸ ਜਿਨ੍ਹਾਂ ਦੇ ਘਰ ਦੇ ਬਾਹਰ ਇਹ ਜਿਹੜਾ ਉਹ ਹਮਲਾ ਹੋਇਆ ਜਾਂ ਕਹਿ ਲਓ ਫਾਇਰ ਹੋਇਆ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਕੁਝ ਉਹ ਕਹਿ ਰਹੇ ਨੇ ਆਓ ਸੁਣਦੇ ਹਾਂ ਪਹਿਲੀ ਗੱਲ ਇਹ ਹੈ ਕਿ ਸਾਡੇ ਸਾਰੇ ਪਰਿਵਾਰ ਮੈਂਬਰ कुशल हैं ठीक है हम लोग जी। कोई जानी नुकसान नहीं हुआ है रात कोई ही दस पीएम के ऊपर जब पूरी दुनिया के अंदर पटाखे चल रहे थे उस टाइम मैं ऊपर वाले बेडरूम में बैठा था सडनली एक बुलेट जो है वो पीछे वाली खिड़की से लैंड करी है रूम में और वो जस्ट मेरा बचाव ही उसमें हो गया बट एक्चुअल बुलेट अंदर आई है बचाव इसलिए हो गया कि वो जो वुडन फ्रेम है विंडो का फॉर्चुनेटली उसको पियर्स करती हुई गोली अंदर आई है और जब तक वो अंदर आई तो उसका इम्पेक्ट कम हो गया था उसकी वजह से जानी नुकसान नहीं हुआ बट वो एक्चुअल बेड जिसमें मैं बैठा था वहां तक वो गोली आई है अगर वही शीशे से आई होती तो नुकसान हो भी सकता था आ, दूसरी बात यह है कि मेरी पर्सनल एनिमोसिटी किसी से नहीं है ये मुझे कोई ऐसी शरारत नहीं लगती है कि मुझे कोई पॉइंटेड कोई मेरे पे हमला किया गया सिर्फ ये है कि दिवाली की रात मुझे लगता है कि कहीं पे कोई सेलिब्रेटरी फायर हुई है और उसकी एक स्ट्रे बुलेट आई है पुलिस को मैंने कंप्लेंट दे दी है नाउ इट इज अप टू द पुलिस कि वो इसको आइडेंटिफाई करें कि कौन कैलकुलेट सर जब मौके पे आपने देखा बुलेट सर तो कुछ आप बाहर जाके देखा आपने कोई मतलब कोई देखा या कोई ट्रेस किया कि? वो सब आप पुलिस से पूछिए मैं, मैं सब आपको बता दिया आपको विंडो की डायरेक्शन भी पता है और है इंसिडेंट स्ट्रे बुलेट का इंसिडेंट है बट मेरी किसी से कोई दुश्मनी कुछ कोई नहीं पिछले दिनों में कोई कोई जैसे आपने बताया रंजिश या किसी से कोई बातचीत हुई बिल्कुल कुछ नहीं है इस बात को आप छोड़ दीजिए जब मैंने आपको स्पष्टी बता दिया है कि सेलिब्रेटरी फाइल का ये मसला है किसी ने पटाखों के चक्कर में फायरिंग करी है और उसमें से एक गोली आ गई है अब ये पुलिस को देखना है की कौन है मैं था में मैं था सर पुलिस मौके पर पहुंच गई थी सर पुलिस ने बहुत त्वरित कार्रवाई करी जब मैंने फोन किया रिटर्न कंप्लेंट दी विद इन टेन मिनट्स पुलिस और उनकी फॉरेंसिक टीम यहाँ पे आ गई थी उन्होंने सारे एविडेंस ले लिए है और मुझे पूरे यकीन है कि वो सही कार्रवाई सर पुलिस ने मामला भी दर्ज कर लिया है आपने जो कम्प्लेट दी है इसमें अभी तक कोई अपडेट मिला हो मैंने आपको जो बता दिया है उनकी बहुत त्वरित उनकी टीम आ गई थी और मुझे पूरा यकीन है कि वो कार्रवाई सही करे ठीक है ਬਸਮ ਬਿਆਨ ਜਿਹੜਾ ਸੁਣਿਆ ਤੁਸੀਂ ਵੀ ਬਰਿੰਦਰ ਕੁਮਾਰ ਸ਼ਰਮਾ ਜੋ ਕਿ ਆਈਐਸ ਉਹਨਾਂ ਨੇ ਸਿੱਧਾ ਕਹਿਣਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ ਕੋਈ ਇਹ ਗੱਲ ਵੀ ਨਹੀਂ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲੇ ਪਹਿਲੇ ਲੱਗਦਾ ਕਿ ਕੋਈ ਸੈਲੀਬ੍ਰੇਟਰੀ ਫਾਇਰ ਦਾ ਮਸਲਾ ਹੈ ਲੱਗਦਾ ਆਖਰਕਾਰ ਉਹ ਆਪਣੇ ਬਿਆਨ ਦੇ ਉੱਤੇ ਸਾਫ਼ ਕਰ ਰਹੇ ਨੇ ਕਿ ਕੋਈ ਵੀ ਰੰਜਿਸ਼ ਨਹੀਂ ਹੈ ਤੇ ਪੁਲਿਸ ਦੇ ਉੱਪਰ ਉਹ ਗੱਲ ਕਹਿ ਰਹੇ ਨੇ ਕਿ ਪੁਲਿਸ ਜਾਂਚ ਕਰ ਲਵੇ ਇਸ ਮਸਲੇ ਦੀ ਦੇਖੋ ਬਿਲਕੁਲ ਉਹ ਆਪਣਾ ਸਪਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਨੇ ਕਿ ਮੇਰੀ ਕਿਸੇ ਨਾਲ ਕੋਈ ਅ ਰੰਜਿਸ਼ ਨਹੀਂ ਹੈ ਮੇਰੀ ਕਿਸਣਾ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ ਕਿ ਕਿਸੇ ਨੇ ਇਸ ਤਰੀਕੇ ਨਾਲ ਸ਼ਰਾਰਤ ਕੀਤੀ ਹੋਏ ਉਹ ਇਹ ਕਹਿੰਦੇ ਨਜ਼ਰ ਆਏ ਨੇ ਕਿ ਕੱਲ ਦੀਵਾਲੀ ਦਾ ਤਿਉਹਾਰ ਸੀਗਾ ਹਰ ਪਾਸੇ ਪਟਾਕੇ ਚੱਲਦੇ ਨੇ ਇਹ ਕਿ ਸੈਲੀਬ੍ਰੇਟਰੀ ਫਾਇਰ ਹੈ ਪਿੱਛੋਂ ਜਿਹੜਾ ਹੈ ਉਹ ਕੀਤਾ ਗਿਆ ਹੋਣਾ ਕਿਸੇ ਵੱਲੋਂ ਜਿਹਦੇ ਕਰਕੇ ਉਹ ਗੋਲੀ ਜੜੀ ਹੈਗੀ ਉਹ ਆਕੇ ਪੀਅਰਸ ਕਰਦੇ ਹੋਏ ਯਾਨੀ ਜਿਹੜਾ ਉਹ ਲੱਕੜੀ ਦੇ ਇੱਕ ਭਲਾਈ ਸੀਗੀ ਜਿਹੜੀ ਵਿੰਡੋ ਤੇ ਲੱਗੀ ਹੋਈ ਸੀ ਉਹਨੂੰ ਪੀਅਰਸ ਕਰਦੀ ਹੋਈ ਜਿਹੜੀ ਉਹ ਆਕੇ ਬੈਡ ਤੇ ਡਿੱਗੀ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਸਾਫਟ ਤੌਰ ਤੇ ਸਾਡਾ ਪਰਿਵਾਰ ਸੀਗਾ ਉਸ ਸਮੇ ਜਿਹੜਾ ਹੈਗਾ ਸਾਡੀ ਜਾਨ ਬਜ ਗਈ ਸਭ ਤੋਂ ਵੱਡੀ ਗੱਲ ਹੈ ਪਰ ਹਾਂ ਇਹ ਪੁਲਿਸ ਜਿਹੜਾ ਸਾਰਾ ਮਾਮਲਾ ਸੀਗਾ ਉਸ ਦੀ ਪੁਲਿਸ ਤਫਤੀਸ਼ ਕਰ ਰਹੀ ਹੈ ਕਿਉਂਕਿ ਉਸ ਦੌਰਾਨ ਜਦ ਪਤਾ ਲੱਗਿਆ ਕਿ ਗੋਲੀ ਹੈ ਜਦ ਉਸ ਦੌਰਾਨ ਇਹ ਆਈਐਸ ਅਫਸਰ ਆਪਣੇ ਰੂਮ 'ਚ ਬੈਠੇ ਸੀਗੇ ਤਾਂ ਉਸ ਦੌਰਾਨ ਜਦ ਗੋਲੀ ਵਜੀ ਤਾਂ ਉਸ ਦੌਰਾਨ ਆ ਕੇ ਇਹਨਾਂ ਨੇ ਜਿਹੜਾ ਹੈਗਾ ਪੁਲਿਸ ਨੂੰ ਵੀ ਫੋਨ ਕਰਤਾ ਸੀਗਾ 10 ਮਿੰਟ ਤੱਕ ਜਿਹੜੀ ਇਹ ਪੁਲਿਸ ਫੋਰੈਂਸਿਕ ਟੀਮ ਦੇ ਨਾਲ ਪਹੁੰਚ ਗਈ ਸੀ ਜਿਸ ਤੋਂ ਬਾਅਦ ਜਾਂਚ ਚੁੜ ਗਈ ਸੀ ਤੇ ਉਸੇ ਸਮੇ ਜਿਹੜਾ ਹੈਗਾ ਮਾਮਲਾ ਵੀ ਦਰਜ ਕਰਨ ਦੀ ਤਿਆਰੀ ਚੜ੍ਹੀਏ ਕਰ ਲਈਤੀ ਗਈ ਸੀ ਹਾਲਾਂਕਿ ਹੁਣ ਤੁਹਾਨੂੰ ਦੱਸ ਦਈਏ ਹੈ ਉਹ ਦਰਜ ਕਰ ਲਿੱਤਾ ਗਿਆ ਤੇ ਹੁਣ ਉਹ ਇਹ ਕਹਿ ਰਹੇ ਨੇ ਕਿ ਮੈਂ ਇਸ ਤੋਂ ਵੱਧ ਡਿਟੇਲ ਜੜੇ ਉਹ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕੀ ਕਾਰਨ ਹੈ ਕਿ ਕੀ ਰਿਹਾ ਹੈ ਪਰ ਉਹ ਇਹ ਕਹਿੰਦੇ ਨਜ਼ਰ ਆਇਆ ਨੇ ਕਿ ਸੈਲੀਬ੍ਰਿਟੀ ਫਾਇਰ ਹੋ ਸਕਦਾ ਤੇ ਨਾਲ ਦੇ ਨਾਲ ਦੂਜੀ ਗੱਲ ਮੇਰੀ ਕਿਸੇ ਨਾਲ ਰੰਜਿਸ਼ ਨਹੀਂ ਹੈ ਤੇ ਤੀਜੀ ਗੱਲ ਇਹ ਕਿ ਉਹਨਾਂ ਨੇ ਕਹੀ ਹੈ ਕਿ ਹੁਣ ਸਾਰਾ ਕੁਝ ਜੜਾ ਹੈਗਾ ਉਹ ਪੁਲਿਸ ਨੇ ਤੈਅ ਕਰਨਾ ਹੈ ਪੁਲਿਸ ਨੇ ਇਨਵੈਸਟੀਗੇਟ ਕਰਨਾ ਹੈ ਤੇ ਪੁਲਿਸ ਜਦ ਇਨਵੈਸਟੀਗੇਸ਼ਨ ਤੋਂ ਬਾਅਦ ਦੱਸੂਗੀ ਤਾਂ ਹੀ ਸਾਨੂੰ ਵੀ ਪਤਾ ਲੱਗੂਗਾ ਕਿ ਆਖਿਰਕਾਰ ਇਹ ਫਾਇਰ ਹੋਇਆ ਕਿਨੇ ਕੀਤਾ ਕਿਸ ਕਰਕੇ ਹੋਇਆ ਕੀ ਸੀਗਾ ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਬਾਅਦ ਚ ਬਦਲ ਗਈਆਂ ਜੀ ਬਸ ਮੈਂ ਕੱਲ ਹੋਰ ਉਹਨਾਂ ਨੇ ਕਹੀ ਹੈ ਕਿ ਫਾਇਰ ਦਾ ਜਿਹੜਾ ਇੰਪੈਕਟ ਹੈ ਕਿਉਂਕਿ ਵਿੰਡੋ ਦੇ ਵਿੱਚ ਹਿੱਟ ਕੀਤਾ ਉਸਨੇ ਜਿਹੜਾ ਵੁੱਡਨ ਦੇ ਵਿੱਚ ਬੁੱਡ ਦੇ ਵਿੱਚ ਹਿੱਟ ਹਿੱਟ ਕੀਤਾ ਤਾਂ ਉਹ ਇੰਪੈਕਟ ਜਿਹੜਾ ਘਟ ਗਿਆ ਜੇਕਰ ਉਹ ਸਿੱਧਾ ਫਾਇਰ ਆਉਂਦਾ ਤਾਂ ਸ਼ਾਇਦ ਨੁਕਸਾਨ ਵੀ ਹੋ ਸਕਦਾ ਸੀ ਦੇਖੋ ਬਿਲਕੁਲ ਉਹ ਇਹ ਕਹਿੰਦੇ ਨਜ਼ਰ ਆਈ ਨਹੀਂ ਕਿ ਕਿਉਂਕਿ ਵਿੰਡੋ ਸਾਈਡ ਹੈ ਵਿੰਡੋ ਸਾਈਡ ਤੇ ਮੋਸਟਲੀ ਅਸੀਂ ਦੇਖਦੇ ਆ 90% ਕੱਚ ਹੁੰਦਾ ਸ਼ੀਸ਼ਾ ਲੱਗਿਆ ਹੁੰਦਾ ਪਰ ਉੱਥੇ ਕੱਚ ਦੀ ਥਾਂ ਤੇ ਸ਼ੀਸ਼ੇ ਦੀ ਥਾਂ ਤੇ ਜਿਹੜਾ ਹੈਗਾ ਉਹ ਪਲਾਈ ਲੱਕੜੀ ਦੀ ਪਲਾਈ ਲੱਗੀ ਹੋਈ ਸੀ ਜਿਹੜੀ ਕਿ ਮੋਟੀ ਹੈ ਅਸੀਂ ਤੁਹਾਨੂੰ ਇਹ ਵੀ ਦਿਖਾਇਆ ਹੋਇਆ ਕਿ ਐਕਸਕਲੂਸਿਵ ਤਸਵੀਰਾਂ ਚ ਕਿ ਉਹ ਕਿਵੇਂ ਮੋਟੀ ਸੀਗੀ ਪਲਾਈ ਉਹ ਕਿਵੇਂ ਜਿਹੜੀ ਗਲਗੋਲੀ ਹੈ ਉਹ ਪੀਅਰਸ ਕਰਕੇ ਨਿਕਲੀ ਹੈ ਇਸ ਕਰਕੇ ਉਹ ਗੋਲੀ ਦਾ ਇੰਪੈਕਟ ਜਿਹੜਾ ਘੱਟ ਹੋ ਗਿਆ ਸੀਗਾ ਇਸ ਕਰਕੇ ਇੱਕ ਬਚਪਚਾਵ ਰਿਹਾ ਜੇ ਇਹਦੀ ਥਾਂ ਤੇ ਅ ਕੱਚ ਹੁੰਦਾ ਤੇ ਕੱਚ ਟੁੱਟ ਕੇ ਜੜਾ ਹੈਗਾ ਇੰਪੈਕਟ ਸਿੱਧਾ ਕਰਦਾ ਇਸ ਕਰਕੇ ਉਸ ਸਮੇਂ ਨੁਕਸਾਨ ਜੜਾ ਹੈ ਵੱਡਾ ਹੋ ਸਕਦਾ ਸੀਗਾ ਉਹ ਇਸ ਕਰਕੇ ਦੇ ਕਹਿੰਦੇ ਨਜ਼ਰ ਆਇਨੇ ਕਿ ਐਸੀ ਚੀਜ਼ ਨੇ ਸਾਡੀ ਜਿਹੜੀ ਉਹ ਜਾਨ ਜ਼ਰੂਰ ਬਚਾਈ ਹੈ ਪਰ ਹੁਣ ਇਹ ਸੈਲੀਬ੍ਰਿਟੀ ਫਾਇਰ ਸੀਗੀ ਜੜਾ ਇਹ ਅੰਦਾਜ਼ਾ ਲਾ ਰਹੇ ਨੇ ਜਾਂ ਫਿਰ ਕੀ ਸੀਗਾ ਉਹ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਰੂਪ ਹੈਗਾ ਉਹ ਪੁਲਿਸ ਇਨਵੈਸਟੀਗੇਸ਼ਨ ਕਰਕੇ ਦੱਸੂਗੀ ਕਿਉਂਕਿ ਮਾਮਲਾ ਦਰਜ ਕਰ ਲਿਆ ਗਿਆ ਫੋਰੈਂਸਿਕ ਦੀ ਟੀਮ ਇੱਥੇ ਪਹੁੰਚ ਗਈ ਸੀਗੀ ਡੀਐਸਪੀ ਕ੍ਰਾਈਮ ਇੱਥੇ ਪਹੁੰਚੇ ਸੀਗੇ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ ਸੀਗੇ ਸਵੇਰੇ ਤੇ देर ਰਾਤ ਵੀ ਪਹੁੰ ਉਸ ਸੇਧ ਵਿਭਾਗ ਦੇ ਵਿੱਚ ਸਪੈਸ਼ਲ ਸੈਕਟਰੀ ਨੇ ਵਰਿੰਦਰ ਕੁਮਾਰ ਸ਼ਰਮਾ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ